ਗੁਰਦਾਸਪੁਰ ਵੇਰਕਾ ਮਿਲਕ ਪਲਾਂਟ ਵਿੱਚ ਤਾਇਨਾਤ 9 ਪੱਕੇ ਮੁਲਾਜ਼ਮਾਂ ਦੀ ਅਚਾਨਕ ਮੁਹਾਲੀ ਦੇ ਵੇਰਕਾ ਪਲਾਂਟ ਵਿੱਚ ਬਦਲੀ ਕੀਤੇ ਜਾਣ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਦੇ ਵਿਧਾਇਕ ਬ੍ਰਿੰਦਰਮੀਤ ਸਿੰਘ ਪਹਾੜਾ ਵੱਲੋਂ ਇਸ ਮਾਮਲੇ ਤੇ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਦੇ ਜੀਐਮ ਏਕੇ ਅਗਰਵਾਲ ਤੋਂ ਜਵਾਬ ਤਲਬ ਕੀਤਾ ਗਿਆ ਹੈ। ਉਧਰ ਇਸ ਮੌਕੇ ਉੱਤੇ ਉਹਨਾਂ ਇਸ ਪਲਾਂਟ ਦੇ ਘਾਟੇ ਦਾ ਜ਼ਿਕਰ ਕਰਦੇ ਉਹਨਾਂ ਪਾਸੋਂ ਜਵਾਬ ਤਲਬੀ ਕੀਤੀ, ਪਰ ਤਸੱਲੀ ਬਖਸ਼ ਜਵਾਬ ਨਾ ਮਿਲਣ ਤੇ ਮਾਮਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੱਕ ਪਹੁੰਚ ਗਿਆ। ਉਧਰ ਜੀਐਮ ਨੇ ਵਿਧਾਇਕ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਆਪਣਾ ਪੱਖ ਮਾਣਯੋਗ ਡਿਪਟੀ ਸਪੀਕਰ ਕੋਲ ਰੱਖਣਗੇ। ਮਿਲਕ ਪਲਾਂਟ ਗੁਰਦਾਸਪੁਰ 160 ਬੰਦਿਆਂ ਦੀ ਤੇ 50 ਠੇਕੇ ਵਾਲਿਆਂ ਦੀ ਸੈਲਰੀ ਬੀਅਰ ਕਰ ਸਕਦਾ ਤੇ 9 ਬੰਦਿਆਂ ਦੀ ਆਪਾਂ ਕਿਉਂ ਨਹੀਂ ਕਰ ਸਕਦੇ? ਕਿ ਜੋ 9 ਨੈਸ਼ਨਲ ਡੈਪੂਟੇਸ਼ਨ ਤੇ 1 ਸਾਲ ਲਈ ਮੁਹਾਲੀ ਭੇਜ ਗਏ ਹਨ, ਉਹ ਹੈੱਡ ਆਫਿਸ ਤੇ ਜਿਹੜੇ ਸਾਨੂੰ ਪ੍ਰਾਪਤ ਹੋਈ ਸੀ ਉਹਦੇ ਮੁਤਾਬਿਕ ਹੋਇਆ ਹੈਗਾ। ਔਰ ਜਿਹੜੇ ਕਹਿ ਰਹੇ ਦੂਜੇ ਬੰਦੇ ਰੱਖੇ ਹੈ, ਇਹ ਵੀ ਬਿਲਕੁਲ ਗਲਤ ਹੈਗਾ ਕਿ ਮੈਨੂੰ ਦੋ ਤਾਰੀਖ ਕੋ ਉੱਥੇ ਬੁਲਾਇਆ ਗਿਆ ਹੈਗਾ। ਤੋ ਜਿਹੜੇ ਵੀ ਸਪੀਕਰ ਸਾਹਿਬ ਦੇ ਸਵਾਲ ਹੋਣਗੇ ਮੈਂ ਆਪਣਾ ਸਪਸ਼ਟੀਕਰਨ ਉਹਨਾਂ ਨੂੰ ਦੇ ਦਿਆਂਗਾ।